ਗੱਲ ਕਰਾਂਗੇ ਪੰਜਾਬੀਆਂ ਦੇ ਲਈ ਨਵੀਂ ਸਰਕਾਰ ਦੇ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਬਜਟ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਦਿੱਲੀ ਮਾਡਲ ਹੀ ਲਾਗੂ ਕਰਾਂਗੇ ਪੰਜਾਬ ਨੂੰ ਦਿੱਲੀ ਵਰਗੀਆਂ ਸਫਲ ਪਹਿਲ ਕਦਮੀਆਂ ਤੇ ਚੱਲਦੇ ਹੋਏ ਆਪਣੇ ਸੂਬੇ ਨੂੰ ਖੁਸ਼ਹਾਲ ਬਣਾਵਾਂਗੇ ਵਿਧਾਨ ਸਭਾ ਦੇ ਵਿੱਚ ਆਪਣੀ ਸਰਕਾਰ ਦਾ ਪਹਿਲਾ ਬਜਟ ਪੇਸ਼ ਕਰਦੇ ਹੋਏ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਵਾ ਕੀਤਾ ਕਿ ਪੰਜਾਬ ਦੇ ਲੋਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਿੱਲੀ ਮਾਡਲ ਤੋਂ ਪ੍ਰਭਾਵਿਤ ਹੋਏ ਇਸੇ ਕਰਕੇ ਪਾਰਟੀ ਨੇ ਸੱਤਾ हासिल ਕੀਤੀ ਤੇ ਸੱਤਾ ਵਿੱਚ ਆਉਂਦਿਆਂ ਹੀ ਪਾਰਟੀ ਨੇ ਕਈ ਵਾਅਦੇ ਪੂਰੇ ਕਰ ਦਿੱਤੇ ਨੇ ਬਜਟ ਪੇਸ਼ ਕਰਨ ਤੋਂ ਪਹਿਲਾਂ ਹਰਪਾਲ ਸਿੰਘ ਚੀਮਾ ਨੇ ਦਾਵਾ ਕੀਤਾ ਕਿ ਸਾਡੀ ਸਰਕਾਰ ਨੇ 100 ਦਿਨਾਂ ਦੇ ਕਾਰਜਕਾਲ ਦੇ ਅੰਦਰ ਹੀ ਪੰਜਾਬੀਆਂ ਦਾ ਜੀਵਨ ਕਾਫੀ ਹੱਦ ਤੱਕ ਬਦਲ ਦਿੱਤਾ ਹੈ ਬਜਟ ਦੀ ਭੂਮਿਕਾ ਦੇ ਵਿੱਚ ਭ੍ਰਿਸ਼ਟਾਚਾਰ ਬਾਰੇ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਅਤੇ ਕਈ ਭ੍ਰਿਸ਼ਟਾਚਾਰੀਆਂ ਨੂੰ ਜੇਲ੍ਹਾਂ ਦੇ ਵਿੱਚ ਡੱਕਣ ਦੀਆਂ ਕਾਮਯਾਬੀਆਂ ਵੀ ਹਰਪਾਲ ਸਿੰਘ ਚੀਮਾ ਨੇ ਗਿਣਵਾਈਆਂ ਅਤੇ 26000 ਤੋਂ ਵੱਧ ਸਰਕਾਰੀ ਮੁਲਾਜ਼ਮਾਂ ਦੀ ਨਵੀਂ ਭਰਤੀ 26000 ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕੀਤੇ ਜਾਣ ਦੀ ਜਾਣਕਾਰੀ ਵੀ ਦਿੱਤੀ ਡਿਜੀਟਲ ਬਜਟ ਪੇਸ਼ ਕੀਤੇ ਜਾਣ ਕਰਕੇ 21 ਲੱਖ ਰੁਪਏ ਸਾਲਾਨਾ ਬਚਤ ਅਤੇ 800 ਤੋਂ ਵੱਧ ਰੁੱਖਾਂ ਨੂੰ ਵੱਢਣ ਤੋਂ ਬਚਾਉਣ ਦੇ ਲਈ ਚੀਮਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਬਜਟ ਪੇਸ਼ ਕੀਤੇ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਪੰਜਾਬ ਦਾ ਬਜਟ ਪੰਜਾਬ ਦੇ ਲੋਕਾਂ ਦੀ ਸਲਾਹ ਨਾਲ ਤਿਆਰ ਕੀਤਾ ਗਿਆ ਹੈ। ਉਹਨਾਂ ਨੇ ਪੰਜਾਬੀਆਂ ਨੂੰ ਇਸ ਦੀ ਵਧਾਈ ਵੀ ਦਿੱਤੀ, ਦਾਅਵਾ ਕੀਤਾ ਕਿ ਬਜਟ ਦੇ ਵਿੱਚ ਅਸੀਂ ਹਰ ਵਰਗ ਦਾ ਖਾਸ ਖਿਆਲ ਰੱਖਿਆ ਹੈ। ਸੋ ਪੰਜਾਬ ਦੇ ਬਜਟ ਨੂੰ ਸ਼ਹੀਦਾਂ ਨੂੰ ਸਮਰਪਿਤ ਕਰਦਿਆਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ 2022-23 ਦੇ ਲਈ 1,55,860 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਪੰਜਾਬ ਸਿਰ ਮੌਜੂਦਾ ਕਰਜ਼ਾ ਵੀ ਦੱਸਿਆ ਗਿਆ ਤੇ ਇਹ ਕਰਜ਼ਾ ਦੋ 163000 ਕਰੋੜ ਤੋਂ ਵੀ ਵੱਧ ਹੈ ਜਾਨੀ ਕਿ ਪੰਜਾਬ ਹੈ ਜਿਹੜਾ ਉਹ ਇੰਨੇ ਵੱਡੇ ਕਰਜ਼ੇ ਦਾ ਕਰਜ਼ਈ ਹੋਇਆ ਪਿਆ ਹੈ ਜਿੰਨੀਆਂ ਸਰਕਾਰਾਂ ਲੰਘ ਗਈਆਂ ਉਹਨਾਂ ਨੇ ਤਾਂ ਕੁਛ ਕੀਤਾ ਨਹੀਂ ਕਰਜ਼ਾ ਘਟਾਉਣ ਦੇ ਲਈ ਸਗੋਂ ਕਰਜ਼ਾ ਹੋਰ ਦੀ ਹੋਰ ਲੈਣਾ ਪਿਆ ਕਿਉਂਕਿ ਜਿਹੜੀਆਂ ਲੋਕਾਂ ਨੂੰ ਇਹ ਚਾਟ ਤੇ ਲਾਇਆ ਜਾਂਦਾ ਜਿਹੜੇ ਲੋਕ ਲੁਭਾਉਣੇ ਐਲਾਨ ਕੀਤੇ ਜਾਂਦੇ ਨੇ ਕਿ ਅਸੀਂ ਆ ਮੁਫਤ ਦੇ ਦਿਆਂਗੇ ਆ ਤੁਹਾਨੂੰ ਮੁਫਤ ਦੇ ਦਿਆਂਗੇ ਇਹ ਸਸਤਾ ਦੇ ਦਿਆਂਗੇ ਤੇ ਸਬਸਿਡੀ ਦੇ ਦਿਆਂਗੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਰਕਾਰਾਂ ਦੀਆਂ ਜਾਂ ਫਿਰ ਪਾਰਟੀਆਂ ਦੀਆਂ ਕਹਿ ਲਈਏ ਕਿ ਲੋਕ ਲੁਭਾਉ ਨੀਤੀਆਂ ਹੁੰਦੀਆਂ ਨੇ ਉਹਨਾਂ ਕਰਕੇ ਪੰਜਾਬ ਹੋਰ ਹੋਰ ਕਰਜ਼ਈ ਹੁੰਦਾ ਜਾ ਰਿਹਾ ਹੈ ਸੋ ਪੰਜਾਬ ਸਿਰ ਮੌਜੂਦਾ 2 ਲੱਖ 600 4 ਕਰੋੜ ਤੋਂ ਵੀ ਵੱਧ ਦਾ ਕਰਜ਼ਾ ਹੈ ਇਹ ਦੱਸਿਆ ਵਿੱਤ ਮੰਤਰੀ ਨੇ ਜੋ ਪੰਜਾਬ ਦਾ ਮੌਜੂਦਾ ਕਰਜ਼ਾਗਾ 2021-22 ਦੇ ਸੁੱਧੇ ਹਿਰਮਾਨਾ ਦੇ ਅਨੁਸਾਰ 2 ਲੱਖ 63000 ਕਰੋੜ ਰੁਪਏ ਦਾ ਕਰਜ਼ਾ ਹੈ ਇਸ ਤੋਂ ਇਲਾਵਾ ਰਾਜ ਏਜੰਸੀਆਂ ਪੀਐਸਯੂਜ਼ ਬੋਰਡਾਂ ਕਾਰਪੋਰੇਸ਼ਨਾਂ ਦੇ ਤਕਰੀਬਨ 55000 ਕਰੋੜ ਰੁਪਏ ਦਾ ਕਰਜ਼ਾ ਹੈ ਇਸ ਤੋਂ ਇਲਾਵਾ ਜਿਸ ਵਿੱਚੋਂ ਲਗਭਗ ਸਪੀਕਰ ਸਾਹਿਬ 22250 ਕਰੋੜ ਰੁਪਏ ਦੀ ਗਰੰਟੀ ਰਾਜ ਸਰਕਾਰ ਵੱਲੋਂ ਦਿੱਤੀ ਗਈ ਹੈ ਸਾਡੀ ਸਰਕਾਰ ਭ੍ਰਿਸ਼ਟਾਚਾਰ ਲਈ ਜ਼ੀਰੋ ਟੋਲਰੈਂਸ ਰੱਖਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਸਪੀਕਰ ਸਾਹਿਬ ਜਨਮੀ ਭ੍ਰਿਸ਼ਟਾਚਾਰ ਦੇ ਖਿਲਾਫ ਹੋਇਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਐਤਕੀ ਦਾ ਜਿਹੜਾ ਬਜਟ ਹੈ ਉਹ ਤਿੰਨ ਪੱਖਾਂ ਤੇ ਕੇਂਦ੍ਰਿਤ ਰਹੇਗਾ ਮਾਲੀਆ ਵਧਾਉਣਾ ਕਰਜ਼ਾ ਘਟਾਉਣਾ ਵਿਗੜਦੀ ਵਿੱਤੀ ਹਾਲਤ ਬਹਾਲ ਕਰਨੀ ਫਜ਼ੂਲ ਖਰਚੀ ਕਟਾ ਕੇ ਮੌਜੂਦਾ ਸਕੀਮਾਂ 'ਚ ਸੁਧਾਰ ਕਰਨਾ ਸਿਹਤ ਅਤੇ ਸਿੱਖਿਆ ਤੇ ਧਿਆਨ ਕੇਂਦ੍ਰਿਤ ਰਹੂਗਾ ਇਹ ਦੱਸਿਆ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਤੇ ਨਾਲ ਹੀ ਉਹਨਾਂ ਨੇ ਜਦੋਂ ਆਪਣੀ ਸਰਕਾਰ ਦੇ ਵੱਲੋਂ ਕੀਤੇ ਗਏ ਕੰਮ ਗਿਣਵਾਏ ਤਾਂ ਪੰਜਾਬੀਆਂ ਨੂੰ ਖੁਸ਼ ਕਰਦਿਆਂ ਉਹਨਾਂ ਐਲਾਨ ਕਰ ਦਿੱਤਾ ਕਿ ਸਾਡੀ ਸਰਕਾਰ 1 ਜੁਲਾਈ ਤੋਂ ਯੋਗ ਖਪਤਕਾਰਾਂ ਨੂੰ ਬਿਜਲੀ ਮੁਫਤ ਦੇਣ ਦੇ ਲਈ ਤਿਆਰ ਹੈ ਬਿਜਲੀ ਦੀ ਸਕੀਮ ਨੂੰ ਅਮਲੀ ਰੂਪ ਦੇਣ ਦੇ ਲਈ ਸਾਡੀ ਸਰਕਾਰ ਪੂਰੀ ਤਰ੍ਹਾਂ ਤਿਆਰਬਰ ਤਿਆਰ ਹੈ ਤੇ ਆਉਂਦੇ 3 ਦਿਨਾਂ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਹਿਣ ਦੇ ਮੁਤਾਬਿਕ ਪੰਜਾਬ ਦੇ ਵਿੱਚ ਇਹ ਸਹੂਲਤ ਲਾਗੂ ਹੋ ਜਾਵੇਗੀ ਆਮ ਆਦਮੀ ਪਾਰਟੀ ਨੇ ਮਾਜੋਕ ਸਪੀਕਰ ਸਾਹਿਬ ਆਮ ਆਦਮੀ ਪਾਰਟੀ ਨੇ ਉਗੀ ਸਾਡੇ ਕੌਮੀ ਕਨਵੀਨਰ ਬਾਜਵਾ ਸਾਹਿਬ ਦੇ ਹੋਗੇ ਪੰਜਾਬ ਦੇ ਮੁੱਖ ਮੰਤਰੀ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਭ ਤੋਂ ਪਹਿਲਾਂ ਇਲੈਕਸ਼ਨ ਦੇ ਦੌਰਾਨ ਪੰਜਾਬ ਦੇ ਹਰੇਕ ਘਰ ਦੇ ਨਾਲ ਵਾਦਾ ਕੀਤਾ ਸੀਗਾ 300 ਯੂਨਟ ਮੁਫਤ ਬਿਲੀ ਦੇਣ ਦਾ ਇਹ ਵਾਦਾ 1 ਜੁਲਾਈ 200 ਤੋਂ 22 ਤੋਂ ਲਾਗੂ ਹੋ ਰਿਹਾ ਪੰਜਾਬ ਜਾਨੀ ਬਜਟ ਖਤਮ ਹੋਣ ਤੋਂ ਬਾਅਦ 300 ਯੂਨਟ ਹਰੇਕ ਪਰਿਵਾਰ ਨੂੰ ਪੰਜਾਬ ਦੇ ਨੂੰ ਘਰੇਲੂ ਉਤਪਾਦਨ ਘਰੇਲੂ ਜਿਹੜਾ ਹੈਗਾ ਉਹਦੀ ਖਫਤਾ Oder der Mochtete, der ਹੁਣ ਦੇਖਦੇ ਹਾਂ ਕਿ ਬਜਟ ਦੇ ਵਿੱਚ ਆਖਿਰਕਾਰ ਕਿਸਾਨਾਂ ਨੂੰ ਕੀ ਮਿਲਿਆ ਹੈ ਹਾਲਾਂਕਿ ਸਰਕਾਰ ਨੇ ਸਿਹਤ ਅਤੇ ਸਿੱਖਿਆ ਤੇ ਕੇਂਦਰ ਤੇ ਇਹ ਬਜਟ ਰੱਖਿਆ ਹੈ ਉਹਦੇ ਬਾਰੇ ਵੀ ਗੱਲਬਾਤ ਕਰ ਲਾਂਗੇ ਪਰ ਕਿਸਾਨ ਵੀ ਇਸ ਆਰਥਿਕਤਾ ਦੀ ਢੀੜ ਦੀ ਹੱਡੀ ਨੇ ਅਤੇ ਕਿਸਾਨ ਨੇ ਜਿਹੜੇ ਉਹਨਾਂ ਤੋਂ ਬਿਨਾ ਉਹਨਾਂ ਦੇ ਕੀਤੇ ਕੰਮ ਤੋਂ ਬਿਨਾ ਕਿਸੇ ਦਾ ਢਿੱਡ ਭਰ ਵੀ ਨਹੀਂ ਸਕਦਾ ਸੋ ਬਜਟ ਦੇ ਵਿੱਚ ਕਿਸਾਨਾਂ ਨੂੰ ਕੀ ਕੁਝ ਮਿਲਿਆ ਸੂਬਾ ਸਰਕਾਰ ਨੇ ਖੇਤੀ ਦਾ ਬਜਟ 11560 ਕਰੋੜ ਰੁਪਏ ਰੱਖਿਆ ਜਿਦੇ ਵਿੱਚ ਝੋਨੇ ਦੀ ਸਿੱਧੀ ਬਜਾਈ ਤੇ ਮੂੰਗੀ ਦੀ ਖੇਤੀ ਤੇ ਦਿੱਤੀ ਜਾਣ ਵਾਲੀ ਐਮਐਸਪੀ ਨੂੰ ਬਜਟ ਦਾ ਵੱਡਾ ਹਿੱਸਾ ਬਣਾਇਆ ਗਿਆ। ਸੂਬੇ ਦੇ ਵਿੱਚ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਾਲ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲਿਆਂ ਨੂੰ 1500 ਰੁਪਏ ਦੇਣ ਦਾ ਐਲਾਨ ਕੀਤਾ ਸੀ। ਮੂੰਗੀ ਦੀ ਫਸਲ ਨੂੰ ਐਮਐਸਪੀ ਤੇ ਖਰੀਦਣ ਦੀ ਸ਼ੁਰੂਆਤ ਹੋ ਚੁੱਕੀ ਹੈ। ਇਹਨਾਂ ਦੋਵਾਂ ਨੂੰ ਬढ़ावा ਦੇਣ ਦੇ ਲਈ ਪੰਜਾਬ ਸਰਕਾਰ ਨੇ ਆਪਣੇ ਬਜਟ ਦੇ ਵਿੱਚ ਖਾਸ ਥਾਂ ਦਿੱਤੀ। ਸੂਬਾ ਸਰਕਾਰ ਦੇ 11560 ਕਰੋੜ ਦੇ ਖੇਤੀਬਾੜੀ ਦੇ ਬਜਟ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ 450 ਕਰੋੜ ਰੱਖੇ ਗਏ ਨੇ ਜਦਕਿ ਮੂੰਗੀ ਦੀ ਖੇਤੀ ਤੇ ਐਮਐਸਪੀ ਦੇਣ ਲਈ ਸਰਕਾਰ ਨੇ 68 ਕਰੋੜ ਰੁਪਏ ਰੱਖੇ ਨੇ। ਪਰਾਲੀ ਸਾੜਨ ਨੂੰ ਰੋਕਣ ਦੇ ਲਈ ਸਰਕਾਰ ਨੇ 200 ਕਰੋੜ ਰੁਪਏ ਰਾਖਵੇਂ ਰੱਖੇ ਨੇ ਦੇਖਣਾ ਅਹਿਮ ਹੋਊਗਾ ਕਿ ਆਉਂਦੇ ਸਮੇਂ ਦੇ ਵਿੱਚ ਇਸ ਸਾਲ ਦੇ ਵਿੱਚ ਵਿੱਚ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਲਈ ਸਰਕਾਰ ਦੀ ਕਿੰਨੀ ਕਮਦਦ ਮਿਲਦੀ ਹੈ ਕਿਸਾਨਾਂ ਨੂੰ ਖੇਤੀ ਲਈ ਦਿੱਤੀ ਜਾਣ ਵਾਲੀ ਮੁਫਤ ਬਿਜਲੀ ਲਈ ਬਜਟ ਵਿੱਚ 6947 ਕਰੋੜ ਰੁਪਏ ਦਿੱਤੇ ਗਏ ਨੇ ਇੰਡੀਵਿਜੂਅਲ ਕੁਇਕ ਫ੍ਰੀਜ਼ਿੰਗ ਟੈਕਨੋਲੋਜੀ ਫਲਾਂ ਤੇ ਸਬਜ਼ੀਆਂ ਦੇ ਲਈ ਅਮਰitsar ਦੇ ਵਿੱਚ ਨਵਾਂ ਕੁਇਟ ਫ੍ਰੀਜ਼ਿੰਗ ਸੈਂਟਰ ਖੋਲਣ ਦਾ ਵੀ ਬਜਟ ਵਿੱਚ ਐਲਾਨ ਕੀਤਾ ਗਿਆ ਹੈ ਜਿਸ ਤੇ 11 ਕਰੋੜ ਰੁਪਏ ਦਾ ਖਰਚਾ ਕੀਤਾ ਜਾਊਗਾ ਛੱਪੜ ਦੇ ਪਾਣੀ ਮੀਂਹ ਦੇ ਪਾਣੀ ਦੀ ਸਾਮ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦੇ ਰੀਚਾਰਜ ਨੂੰ ਵਧਾਉਣ ਦੇ ਲਈ ਚਾਰ ਨਵੀਆਂ ਸਕੀਮਾਂ ਵੀ ਸ਼ੁਰੂ ਕੀਤੀਆਂ ਗਈਆਂ ਨੇ ਇਹਨਾਂ ਤੇ 21 ਕਰੋੜ ਰੁਪਏ ਦਾ ਖਰਚਾ ਹੋਏਗਾ ਖੇਤੀ ਦਾ ਡਿਜੀਟਲਾਈਜੇਸ਼ਨ ਕੀਤਾ ਜਾਏਗਾ ਮੇਨ ਰਿਕਾਰਡਾਂ ਨੂੰ ਡਿਜੀਟਾਈਜੇਸ਼ਨ ਦੇ ਜ਼ਰੀਏ ਸਾਂਭਿਆ ਜਾਵੇਗਾ ਮੂੰਗੀ ਦੀ ਦਾਲ ਮੂੰਗ ਦਾਲ ਦੀ ਸਰ ਐਮਐਸਪੀ ਜੜੀ ਆ ਖਰੀਦਣ ਦਾ ਇਤਿਹਾਸਕ ਫੈਸਲਾ ਪਹਿਲਾਂ ਲਿਆ ਚੁੱਕਿਆ ਹੈ ਸੋ ਕਿਉਂਕਿ ਦੋ ਫਸਲੀ ਚੱਕਰਾਂ ਚੋਂ ਕੱਢੜ ਲਈ ਤੀਜੀ ਫਸਲ ਪਹਿਲੀ ਵਾਰ ਪੰਜਾਬ ਸਰ ਐਮਐਸਪੀ ਤੇ ਮਿਨਿਮਮ ਸਪੋਰਟ ਪ੍ਰਾਈਸ ਤੇ ਖਰੀਦੀ ਜਾ ਰਹੀ ਹੈ ਸਰ ਪ੍ਰਾਈਸਾਂ ਨੂੰ ਤਰੋਕਣ ਦੇ ਲਈ ਵੱਖ-ਵੱਖ ਸੁਭਾਵਨਾਵਾਂ ਅਤੇ ਹੱਲ ਲੱਭਣ ਦੇ ਲਈ ਇਸ ਬਜਟ ਵਿੱਚ 200 ਕਰੋੜ ਦੇ ਰਾਖਵੇਂਕਰਨ ਦੀ ਤਜ਼ਵੀਜ਼ ਰੱਖਦਾ ਜੋ ਕਿ ਪਹਿਲਾਂ ਵਾਲੇ ਬਜਟ ਨਾਲੋਂ ਸਰ ਕਿਤੇ ਜ਼ਿਆਦਾ ਹੈ ਕਿਸਾਨਾਂ ਨੂੰ ਸਰ ਜਿਹੜੀ ਮਿਲ ਰਹੀ ਮੁਫਤ ਬਿਜਲੀ ਸਬਸਿਡੀ ਆ ਉਹ ਜਾਰੀ ਰਹੂਗੀ ਸਰ ਮੈਂ ਐਲਾਨ ਕਰਦਾ ਹਾਂ ਕਿ ਇਸ ਮੰਤਬ ਲਈ ਵਿੱਤੀ ਸਾਲ ਲਈ ਸਰ 6947 6947 ਕਰੋੜ ਰੁਪਏ ਦੇ ਫੰਡ ਦਾ ਬੰਦ ਕੀਤਾ ਗਿਆ ਹੈ ਸਰ ਹੁਣ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੀ ਸਿੱਖਿਆ ਦੇ ਲਈ ਕੀ ਦਿੱਤਾ ਹੈ ਸਿੱਖਿਆ ਬਜਟ ਦੇ ਵਿੱਚ 16% ਦਾ ਵਾਅਦਾ ਕੀਤਾ ਗਿਆ ਹੈ ਮਾਨ ਸਰਕਾਰ ਨੇ ਚੋਣ ਐਲਾਨ ਦੇ ਮੁਤਾਬਿਕ ਬਜਟ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਹ ਵਾਅਦਾ ਕੀਤਾ ਹੈ ਕੁਝ ਖਾਸ ਐਲਾਨ ਤੁਹਾਨੂੰ ਦੱਸ ਦਿੰਨੇ ਹਾਂ ਸਕੂਲਾਂ ਤੇ ਉਚੇਰੀ ਸਿੱਖਿਆ ਦੇ ਲਈ 16.27% ਬਜਟ ਰੱਖਿਆ ਜਾਏਗਾ ਤਕਨੀਕੀ ਸਿੱਖਿਆ ਲਈ 47.84 ਬਹੁਤ ਵੱਡਾ ਇਹ ਵਾਅਦਾ ਕਿਹਾ ਜਾ ਸਕਦਾ ਹੈ ਮੈਡੀਕਲ ਸਿੱਖਿਆ ਦੇ ਵਿੱਚ 56.60% ਦਾ ਵਾਅਦਾ ਅਨਾਉਂਸ ਕੀਤਾ ਗਿਆ ਹੈ ਸਕੂਲਾਂ ਦੀ ਬੁਨਿਆਦੀ ਜਾਂ ਸਕੂਲਾਂ ਦੀਆਂ ਬੁਨਿਆਦੀ ਸਹੂਲਤਾਂ ਦੇ ਵਿੱਚ ਸੁਧਾਰ ਲਈ 123 ਕਰੋੜ ਰੁਪਏ ਰਾਖਵੇਂ ਰੱਖੇ ਗਏ ਨੇ ਇੱਕ ਬੜੀ ਅਹਿਮ ਗੱਲ ਹੈ ਕਿ ਪੰਜਾਬ ਦੇ ਅਧਿਆਪਕਾਂ ਪ੍ਰਿੰਸੀਪਲਾਂ ਨੂੰ ਅਤੇ ਜਿਹੜੇ ਹੈੱਡ ਟੀਚਰ ਨੇ ਉਹਨਾਂ ਸਾਰਿਆਂ ਨੂੰ ਹੁਣ ਵਿਦੇਸ਼ਾਂ ਦੇ ਜਿਹੜੇ ਟ੍ਰੇਨਰ ਹੈਗੇ ਨੇ ਉਹ ਟ੍ਰੇਨਿੰਗ ਦੇਣਗੇ ਨਾਮਵਰ ਏਜੰਸੀਆਂ ਤੋਂ ਸ਼ਾਰਟ ਟਰਮ ਤੇ ਮੀਡੀਅਮ ਟਰਮ ਸਿੱਖਲਾਈ ਦੇ ਲਈ ਸਰਕਾਰ ਨੇ 30 ਕਰੋੜ ਰੁਪਏ ਰੱਖੇ ਨੇ ਪ੍ਰੀ ਪ੍ਰਾਇਮਰੀ ਤੋਂ 12ਵੀਂ ਤੱਕ 100 ਮੌਜੂਦਾ ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਦੇ ਵਜੋਂ ਸਥਾਪਿਤ ਕੀਤਾ ਜਾਏਗਾ ਅਪਗ੍ਰੇਡ ਕੀਤਾ ਜਾਏਗਾ ਇਹਦੇ ਲਈ 200 ਕਰੋੜ ਰੁਪਏ ਦਾ ਖਰਚ ਆਏਗਾ ਪ੍ਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਡਿਜੀਟਲ ਕਲਾਸ ਰੂਮ ਉਪਕਰਣ ਲੈਬਸ ਵੋਕੇਸ਼ਨਲ ਸਿਖਲਾਈ ਹਾਸਲ ਸਟਾਫ ਤੇ ਸਪਲਾਈ ਸਟਾਫ ਹੋਣਗੇ ਇੱਕ ਹੋਰ ਵੱਡੀ ਖਬਰ ਹੈ ਕਿ ਜਨਰਲ ਕੈਟਾਗਰੀ ਦੇ ਵਿਦਿਆਰਥੀਆਂ ਨੂੰ ਹੁਣ ਅੰਕਾਂ ਦੇ ਆਧਾਰ ਤੇ ਵਜ਼ੀਫਾ ਸਕੀਮ ਦਿੱਤੀ ਜਾਏਗੀ ਨਾ ਕਿ ਜਾਤ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਰਾਖਵਾ ਕਰਨ ਜਨਰਲ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਵੀ ਰਾਖਵਾ ਕਰਨ ਹੁਣ ਮਿਲੇਗਾ ਪਰ ਜੇ ਉਹ ਮੈਰਿਟ ਲਿਸਟ ਦੇ ਵਿੱਚ ਹੋਣਗੇ ਇਹਦੇ ਲਈ ਵੀ 30 ਕਰੋੜ ਰੱਖੇ ਗਏ ਨੇ ਸਰਕਾਰੀ ਸਕੂਲਾਂ ਦੇ ਵਿੱਚ ਰੂਫ ਟਾਪ ਤੇ ਸੋਲਰ ਪੈਨਲ ਲਾਏ ਜਾਣਗੇ ਸੋਲਰ ਪਲਾਂਟ ਦੇ ਲਈ 100 ਕਰੋੜ ਦਾ ਖਰਚਾ ਸਰਕਾਰ ਕਰੇਗੀ ਸਰਕਾਰੀ ਸਕੂਲਾਂ ਦੇ ਵਿੱਚ ਸੁਰੱਖਿਆ ਦੇ ਮੱਦੇ ਨਜ਼ਰ ਚਾਰ ਦੀਵਾਰੀ ਤੇ ਹੋਰ ਬੁਨਿਆਦੀ ਜੇ ਦੀ ਅਪਗ੍ਰੇਡੇਸ਼ਨ ਕੀਤੀ ਜਾਏਗੀ ਇਹਦੇ ਲਈ 424 ਕਰੋੜ ਰੁਪਏ ਰੱਖੇ ਜਾਣਗੇ ਵਿਦਿਆਰਥੀਆਂ ਦੀ ਵਰਦੀ ਦੇ ਲਈ 23 ਕਰੋੜ ਰੁਪਏ ਰੱਖੇ ਗਏ ਨੇ ਪਹਿਲਾਂ ਪਹਿਲੀ ਜਮਾਤ ਤੋਂ ਲੈ ਕੇ 8ਵੀਂ ਜਮਾਤ ਤੱਕ ਦੀਆਂ ਸਾਰੀਆਂ ਲੜਕੀਆਂ ਨੂੰ ਵਰਦੀ ਮਿਲਦੀ ਸੀ ਐਸਸੀ ਐਸਟੀ ਬੀਪੀਐਲ ਮੁੰਡਿਆਂ ਨੂੰ ਵੀ ਵਰਦੀ ਮਿਲਦੀ ਸੀ ਪਰ ਹੁਣ ਪਹਿਲੀ ਜਮਾਤ ਤੋਂ ਲੈ ਕੇ 8ਵੀਂ ਜਮਾਤ ਤੱਕ ਦੇ ਹਰੇਕ ਵਿਦਿਆਰਥੀ ਨੂੰ ਬਿਨਾਂ ਉਸ ਦਾ ਉਸ ਉਸ ਦਾ ਜਿਹੜਾ ਜਾਤ ਪਾਤ ਜਾਣੇ ਉਸ ਦਾ ਵਰਗ ਜਾਣੇ ਬਿਨਾਂ ਕਿਸੇ ਭੇਦ ਭਾਵ ਤੋਂ ਵਿਦਿਆਰਥੀਆਂ ਨੂੰ ਸਾਰਿਆਂ ਨੂੰ ਵਰਦੀ ਮਿਲੇਗੀ ਸਰਕਾਰੀ ਸਕੂਲਾਂ ਦੇ ਵਿੱਚ ਪੰਜਾਬੀ ਨੌਜਵਾਨਾਂ ਦੇ ਲਈ ਉਦਮੀ ਪ੍ਰੋਗਰਾਮ ਤਹਿਤ 50 ਕਰੋੜ ਰੁਪਏ ਖਰਚ ਕੀਤੇ ਜਾਣਗੇ ਇਸ ਦੇ ਅਧੀਨ 11ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਟਾਰਟਅਪ ਪ੍ਰੋਗਰਾਮ ਦੇ ਤਹਿਤ 2-2000 ਰੁਪਏ ਦਿੱਤੇ ਜਾਣਗੇ ਮੇਡੇ ਮੇਲ ਦੇ ਵਿੱਚ 35% ਦਾ ਵਾਅਦਾ ਕਰ ਦਿੱਤਾ ਗਿਆ 17 ਲੱਖ ਵਿਦਿਆਰਥੀਆਂ ਦੇ ਲਈ 423 ਕਰੋੜ ਰੁਪਏ ਰੱਖਵੇਂ ਰੱਖੇ ਗਏ ਨੇ ਵਿੱਤੀ ਸੰਕਟ ਚੋਂ ਗੁਜ਼ਰ ਰਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਵੀ 200 ਕਰੋੜ ਰੁਪਏ ਦੀ ਗ੍ਰਾਂਟ ਹੈ ਜਿਹੜੀ ਉਹ ਸਰਕਾਰ ਦੇਵੇਗੀ 9 ਜ਼ਿਲ੍ਹਿਆਂ ਦੀਆਂ ਮੌਜੂਦਾ ਲਾਇਬ੍ਰੇਰੀ ਦੀਆਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ 30 ਕਰੋੜ ਰੁਪਏ ਅਨਾਉਂਸ ਕੀਤੇ ਗਏ ਨੇ ਅਤੇ ਵਿਦੇਸ਼ ਦੀਆਂ ਨਾਮਵਰ ਏਜੰਸੀਆਂ ਸੰਸਥਾਵਾਂ ਦੁਆਰਾ ਸ਼ਾਰਟ ਟਰਮ ਤੇ ਮੀਡੀਅਮ ਟਰਮ ਦੀ ਟ੍ਰੇਨਿੰਗ ਦੇਣ ਦੇ ਲਈ ਸਰ 30 ਕਰੋੜ ਰੁਪਏ ਇਸ ਕੰਮ ਲਈ ਪੰਜਾਬ ਸਰਕਾਰ ਨੇ ਰਾਖਵੇਂ ਰੱਖੇ ਹਨ ਸੋ ਇਹ ਬਹੁਤ ਵੱਡਾ ਸਰ এডਿਕੇਸ਼ਨ ਦੇ ਪ੍ਰਤੀ ਸਟੈਪ ਹੈ ਸਰ ਸਪான்ਸਰ ਸਕੂਲਾਂ ਵਿੱਚ ਆਤੀ ਆਧੁਨਿਕ ਡਿਜੀਟਲ ਕਲਾਸਰੂਮ ਸਥਾਪਿਤ ਕਰਨ ਦੇ ਲਈ ਇਸ ਵਿੱਤੀ ਸਾਲ ਦੇ ਦੌਰਾਨ 40 ਕਰੋੜ ਰੁਪਏ ਦਾ ਬੈਟਰਾਕ ਬਾਰ ਰੱਖਿਆ ਹੈ ਸਰ ਮਕਮਤਰੀ ਸਾਹਿਬ ਮਾਨਜੋਗ ਭਗਵੰਤ ਸਿੰਘ ਮਾਨ ਜੀ ਨੇ ਇੱਕ ਨਮੀ ਜਿਹੜੀ ਸਕੀਮ ਆ ਬੱਚਿਆਂ ਦੇ ਲਈ ਸ਼ੁਰੂ ਕੀਤੀ ਆ ਸੀਐਮ ਸਕਾਲਰਸ਼ਿਪ ਟੂ ਜਨਰਲ ਕੈਟਾਗਰੀ ਸਟੂਡੈਂਟ ਫਾਰ ਗਿਵਿੰਗ ਕਨਸ਼ਨਸ਼ਨ ਇਨ ਯੂਨੀਵਰਸਿਟੀਆਂ ਯੂਨੀਵਰਸਿਟੀ ਨੇ ਫੀਸਾਂ ਦੇ ਵਿੱਚ ਜਨਰਲ ਕੈਟਾ ਦੀ ਕੈਟਾਗਰੀ ਦੇ ਬੱਚਿਆਂ ਨੂੰ ਜਿਹੜਾ ਹੈਗਾ ਸਰ ਉਹ ਬਜੀਫਾ ਦੇਣ ਦੀ ਸਕੀਮ ਸ਼ੁਰੂ ਕੀਤੀ ਗਈ ਆ ਸੁਰ ਇਹ ਸਕੀਮ ਦੇ ਲਈ ਸਰ 30 ਕਰੋੜ ਰੁਪਏ ਦੇ ਰੱਖਵੇਂ ਕਰਨ ਦਾ ਪ੍ਰਬੰਧ ਕੀਤਾ ਗਿਆਗਾ ਔਰ ਇਸ ਦੇ ਨਾਲ ਸਰ ਖਾਸ ਕਰਕੇ ਜਨਰਲ ਵਰਗ ਦੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਇਹ ਅੰਕਾਂਤ ਪ੍ਰਾਪਤ ਅੰਕਾਂ ਦੇ ਆਧਾਰ ਤੇ ਸਰ ਪ੍ਰਾਪਤ ਅੰਕਾਂ ਦੇ ਆਧਾਰ ਤੇ ਫੀਸ ਵਿੱਚ ਰਹਿਤ ਉਹ ਜੋ ਜੜੀਆ ਵਜੀਫਾ ਰਾਸ਼ੀ ਜੜੀਆ ਉਹ ਪ੍ਰਦਾਨ ਕੀਤੀ ਜਾਊਗੀ ਖੇਤੀਬਾੜੀ ਤੇ ਸਿੱਖਿਆ ਤੋਂ ਬਾਅਦ ਹੁਣ ਸਿਹਤ ਦੀ ਜੇ ਗੱਲ ਕਰ ਲਈਏ ਤਾਂ ਸਿਹਤ ਦੇ ਲਈ ਸਰਕਾਰ ਨੇ ਕੀ ਕੀਤਾ ਹੈ ਉਹ ਤੁਹਾਨੂੰ ਦੱਸਦੇ ਹਾਂ ਕਿ ਸਿੱਖਿਆ ਦੇ ਬਜਟ ਵਿੱਚ ਤਾਂ ਮਾਨ ਸਰਕਾਰ ਨੇ 16% ਦਾ ਵਾਅਦਾ ਕੀਤਾ ਸੀ ਸਿਹਤ ਦੇ ਬਜਟ ਵਿੱਚ 23% ਦਾ ਵਾਅਦਾ ਕਰਨ ਦਾ ਦਾਅਵਾ ਕੀਤਾ ਹੈ ਅਗਲੇ 5 ਸਾਲਾਂ ਦੇ ਵਿੱਚ ਪੰਜਾਬ ਚ 16 ਮੈਡੀਕਲ ਕਾਲਜ ਖੋਲਣ ਦਾ ਵੀ ਫੈਸਲਾ ਲਿਆ ਜਿਦੇ ਵਿੱਚ ਸੰਤ ਅਤਰ ਸਿੰਘ ਜੀ ਦੀ ਯਾਦ ਦੇ ਵਿੱਚ ਸੰਗਰੂਰ ਦੇ ਵਿੱਚ ਮੈਡੀਕਲ ਕਾਲਜ ਬਣਾਉਣ ਦਾ ਫੈਸਲਾ ਲਿਆ ਗਿਆ ਸੂਬਾ ਸਰਕਾਰਾਂ ਜੁੱਦਾ ਵਿੱਤੀ ਸਾਲ ਦੇ ਵਿੱਚ 4731 ਕਰੋੜ ਰੁਪਏ ਸਿਹਤ ਤੇ ਖਰਚ ਕਰੇਗੀ ਇਸ ਸਾਲ 117 ਮੁਹੱਲਾ ਕਲੀਨਿਕ ਖੋਲੇ ਜਾਣਗੇ 15 ਅਗਸਤ ਨੂੰ 75 ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾਏਗੀ ਫਰਿਸ਼ਤਾ ਸਕੀਮ ਸ਼ੁਰੂ ਹੋਏਗੀ ਜਿਹਦੇ ਤਹਿਤ ਕੋਈ ਵੀ ਸ਼ਖਸ ਸੂਬੇ ਦੇ ਵਿੱਚ ਕਿਸੇ ਵੀ ਹਸਪਤਾਲ ਦੇ ਵਿੱਚ ਸੜਕੀ ਦੁਰਘਟਨਾ ਦੇ ਨਾਲ ਪੀੜਤ ਵਿਅਕਤੀ ਨੂੰ ਦਾਖਲ ਕਰਵਾ ਸਕਦਾ ਸਰਕਾਰ ਸਾਰਾ ਖਰਚਾ ਚੁੱਕੂਗੀ ਪਰਿਆਲਾ ਤੇ ਫਰੀਦਕੋਟ ਦੇ ਵਿੱਚ ਦੋ ਸੁਪਰ ਸਪੈਸ਼ਲਿਸਟ ਹਸਪਤਾਲ ਸਥਾਪਿਤ ਕੀਤੇ ਜਾਣਗੇ 2027 ਤੱਕ ਤਿੰਨ ਹੋਰ ਹਸਪਤਾਲ ਸ਼ੁਰੂ ਹੋ ਜਾਣਗੇ ਮੈਡੀਕਲ ਸਿੱਖਿਆ ਦੇ ਲਈ ਵੀ ਬਜਟ ਰੱਖਿਆ ਗਿਆ ਹੈ 5 ਸਾਲਾਂ ਦੇ ਵਿੱਚ 16 ਮੈਡੀਕਲ ਕਾਲਜ ਸੂਬੇ ਦੇ ਵਿੱਚ ਖੋਲੇ ਜਾਣਗੇ ਗਿਣਤੀ ਬਹੁਤ ਵੱਡੀ ਹੈ ਕਿਉਂਕਿ ਮੌਜੂਦਾ ਸਮੇਂ ਸਿਰਫ ਤਿੰਨ ਮੈਡੀਕਲ ਕਾਲਜ ਨੇ ਉਹ ਵੀ ਲੰਗੜੇ ਹੋ ਕੇ ਚੱਲ ਰਹੇ ਨੇ ਉਹਨਾਂ ਦੇ ਉੱਤੇ ਸਰਕਾਰਾਂ ਦਾ ਕੋਈ ਧਿਆਨ ਨਹੀਂ ਜਾਂਦਾ ਖੇਰ ਮੈਡੀਕਲ ਸਿੱਖਿਆ ਦੇ ਲਈ 1033 ਕਰੋੜ ਰੁਪਏ ਰੱਖੇ ਗਏ ਨੇ ਪਿਛਲੇ ਸਾਲ ਦੇ ਮੁਕਾਬਲੇ 56.60% ਦੀ ਵਾਧੇ ਦਾ ਦਾਵਾ ਕੀਤਾ ਗਿਆ ਹੈ ਮੌਜੂਦਾ ਕਾਲਜਾਂ ਦੇ ਵਿੱਚ ਐਮਬੀਬੀਐਸ ਦੀਆਂ ਸੀਟਾਂ ਦੇ ਵਿੱਚ ਵੀ ਵਾਧਾ ਕੀਤਾ ਜਾਣ ਦਾ ਇਸ ਬਜਟ ਦੇ ਵਿੱਚ ਐਲਾਨ ਕੀਤਾ ਗਿਆ ਹੈ ਤਜਵੀਜ਼ ਰੱਖੀ ਗਈ ਹੈ ਸੜਕ ਹਾਦਸਿਆਂ ਦੇ ਪੀੜਤਾਂ ਦਾ ਮੁਫਤ ਇਲਾਜ ਹੋਵੇਗਾ ਸਰ ਅਤੇ ਸਾਰਾ ਖਰਚਾ ਪੰਜਾਬ ਸਰਕਾਰ ਉਠਾਏਗੀ ਸਰ ਇਸ ਦੇ ਨਾਲ ਨਾਲ ਸਰ ਜਿਹੜਾ ਉਸ ਇੰਜਰਡ ਨੂੰ ਉਸ ਪੇਸ਼ੈਂਟ ਨੂੰ ਜਿਹੜਾ ਉਠਾ ਕੇ ਲੈ ਕੇ ਜਾਊਗਾ ਚੱਕ ਕੇ ਲੈ ਕੇ ਜਾਊਗਾ ਸਰ ਸਰਕਾਰ ਉਸ ਨੂੰ ਮਿਜਦਾ ਹੈਗਾ ਸਨਮਾਨਤ ਕਰੇਗੀ ਸਾਲ 2027 ਤੱਕ ਸਰ ਤਿੰਨ ਹੋਰ ਸੁਪਰ ਸਪੈਸ਼ਲਿਸਟ ਜਿਹੜੇ ਹਸਪੀਟਲ ਨੇ ਪੰਜਾਬ ਵਿੱਚ ਸ਼ੁਰੂ ਕੀਤੇ ਜਾਣਗੇ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਵੀ ਬਜਟ ਦੇ ਵਿੱਚ ਐਲਾਨ ਕੀਤਾ ਗਿਆ ਹੈ ਉੱਬਰ ਦੇ ਅਤੇ ਉੱਤਮ ਖਿਡਾਰੀਆਂ ਦੇ ਲਈ 25 ਕਰੋੜ ਦੇ ਨਾਲ ਦੋਸਤਕੀਮਾਂ ਦੀ ਸ਼ੁਰੂਆਤ ਕੀਤੀ ਗਈ ਹੈ ਲੰਗਵਾਲ ਸੁਨਾਮ ਦੇ ਵਿੱਚ ਉੱਚ ਪੱਧਰੀ ਸਟੇਡੀਅਮ ਸਥਾਪਿਤ ਕੀਤੇ ਜਾਣਗੇ ਪੁਰਾਣੇ ਸਟੇਡੀਅਮਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ ਹੁਣ ਸਭ ਤੋਂ ਅਹਿਮ ਗੱਲ ਰੋਜ਼ਗਾਰ ਦੀ ਜੇ ਗੱਲ ਕਰ ਲਈਏ ਤਾਂ ਰੋਜ਼ਗਾਰ ਸਿਰਜਣ ਅਤੇ ਹੁਨਰ ਵਿਕਾਸ ਬਾਰੇ ਵੀ ਐਲਾਨ ਕੀਤਾ ਗਿਆ 26454 ਮੁਲਾਜ਼ਮਾਂ ਦੀ ਭਰਤੀ ਲਈ 714 ਕਰੋੜ ਦਾ ਬਜਟ ਰੱਖਿਆ ਗਿਆ ਤੇ ਉਹੀ ਭਾਰਤੀਆਂ ਨੇ ਜਿਨ੍ਹਾਂ ਦਾ ਸਰਕਾਰ ਨੇ ਪਿੱਛੇ ਜੇ ਐਲਾਨ ਕੀਤਾ 36000 ਠੇਕੇਦਾਰ ਰੱਖੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ 540 ਕਰੋੜ ਦਾ ਬਜਟ ਰੱਖਿਆ ਗਿਆ ਹੈ ਉਦਯੋਗ ਤੇ ਵਣਜ ਬਾਰੇ ਵੀ ਐਲਾਨ ਕੀਤਾ ਗਿਆ ਹੈ ਪੰਜਾਬ ਪੁਲਿਸ ਦੇ ਲਈ ਵੀ ਵਿਸ਼ੇਸ਼ ਫੰਡਾਂ ਦਾ ਐਲਾਨ ਸਰਕਾਰ ਨੇ ਕੀਤਾ ਹੈ ਪੁਲਿਸ ਬਲਾਂ ਦੇ ਆਧੁਨਿਕੀਕਰਨ ਦੇ ਲਈ 10800 108 ਕਰੋੜ ਰੁਪਏ ਸਾਈਬਰ ਕ੍ਰਾਈਮ ਕੰਟਰੋਲ ਰੂਮਾਂ ਦੀ ਸਥਾਪਨਾ ਲਈ 30 ਕਰੋੜ ਦਾ ਬਜਟ ਰੱਖਿਆ ਗਿਆ ਹੈ ਪੰਜਾਬ ਪੁਲਿਸ ਮਹਿਲਾ ਮਿੱਤਰ ਕੇਂਦਰਾਂ ਦੇ ਲਈ ਵੀ 5 ਕਰੋੜ ਦੇ ਬਜਟ ਦਾ ਐਲਾਨ ਕਰ ਚੁੱਕੀ ਹੈ ਜੇਲ੍ਹਾਂ ਦੀਆਂ ਸਹੂਲਤਾਂ ਦੇ ਲਈ 10 ਕਰੋੜ ਦਾ ਐਲਾਨ ਕੀਤਾ ਗਿਆ ਹੈ ਸਮਾਜ ਭਲਾਈ ਦੀਆਂ ਵੀ ਕਈ ਸਕੀਮਾਂ ਐਲਾਨੀਆਂ ਗਈਆਂ ਨੇ ਅਤੇ ਸਵੱਛ ਭਾਰਤ ਮਿਸ਼ਨ ਸ਼ਹਿਰੀ ਦੇ ਲਈ 180 ਕਰੋੜ ਦਾ ਬਜਟ ਰੱਖਿਆ ਗਿਆ ਹੈ ਸ਼ਹੀਦਾਂ ਦੇ ਪਰਿਵਾਰਾਂ ਦੀ ਰੱਖਿਆ ਭਲਾਈ ਲਈ 130 ਕਰੋੜ ਰੁਪਏ ਬਜਟ ਵਿੱਚ ਰੱਖੇ ਗਏ ਨੇ ਪਿਛਲੇ ਸਾਲ ਤੋਂ 11% ਦੀ ਵਾਧਾ ਜਿਹੜਾ ਇਸ ਬਜਟ ਦੇ ਵਿੱਚ ਕੀਤਾ ਗਿਆ ਹੈ ਕੁੱਲ ਮਿਲਾ ਕੇ ਸਰਕਾਰ ਨੇ ਜਨਤਾ ਬਜਟ ਇਸ ਬਜਟ ਨੂੰ ਨਾਮ ਦਿੱਤਾ ਹੈ ਜਨਤਾ ਬਜਟ ਦਾ ਨਾਮ ਦੇ ਕੇ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਜੋ-ਜੋ ਲੋਕਾਂ ਦੀਆਂ ਮੰਗਾਂ ਸਨ ਉਹ ਅਸੀਂ ਇਸ ਬਜਟ ਦੇ ਵਿੱਚ ਪੂਰੀਆਂ ਕੀਤੀਆਂ ਨੇ ਲੋਕਾਂ ਦੇ ਕਹਿ ਤਾਕੀ ਕਿ ਬਜਟ ਅਨੁਸਾਰ ਬਣਾਇਆ ਗਿਆ ਹੈ। ਬਜਟ ਪੇਸ਼ ਕਰਨ ਤੋਂ ਬਾਅਦ ਵਿਧਾਨ ਸਭਾ ਦਾ ਸੈਸ਼ਨ ਹੈ ਜਿਹੜਾ ਦੂਸਰੇ ਦਿਨ ਦੇ ਲਈ ਸਮਾਪਤ ਹੋ ਗਿਆ ਮੁਲਤਵੀ ਕਰ ਦਿੱਤਾ ਗਿਆ ਉਸ ਤੋਂ ਬਾਅਦ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਪਿਛਲੀਆਂ ਸਰਕਾਰਾਂ ਦੇ ਨਾਲੋਂ ਕਾਫੀ ਚੰਗਾ ਬਜਟ ਦੱਸਿਆ ਚੀਮਾ ਨੇ ਕਿਹਾ ਕਿ ਬੇਲੋੜੀਆਂ ਤੇ ਫਜ਼ੂਲ ਖਰਚੀਆਂ ਬੰਦ ਹੋਣਗੀਆਂ ਆਮ ਆਦਮੀ ਪਾਰਟੀ ਨੇ ਕਹਿੰਦੇ ਪੰਜਾਬ ਵਾਸੀਆਂ ਦੇ ਲਈ ਪੰਜ ਗਰੰਟੀਆਂ ਦਾ ਐਲਾਨ ਕੀਤਾ ਸੀ ਉਹਨਾਂ ਨੇ ਦਾਵਾ ਕੀਤਾ ਕਿ ਸਿ ਚਾਰ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਨੇ ਸਿਰਫ ਇੱਕ ਗਰੰਟੀ ਬਚੀ ਐ ਜਿਹਨੂੰ ਅਸੀਂ ਜਲਦੀ ਪੂਰਾ ਕਰਾਂਗੇ ਉਦੋਂ ਉਹਨਾਂ ਨੇ ਕਿਹਾ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ 1000 ਰੁਪਏ ਮੁਫਤ ਬੀਬੀਆਂ ਦੇ ਲਈ ਜਿਹੜੇ ਦੇਣੇ ਸੀ ਹਰ ਮਹੀਨੇ 1000 ਰੁਪਏ ਫ੍ਰੀ ਦੇ ਜਿਹੜੇ ਪੈਸੇ ਉਹ ਕਿਉਂ ਨਹੀਂ ਐਲਾਨੇ ਗਏ ਤਾਂ ਉਹਨਾਂ ਨੇ ਕਿਹਾ ਕਿ ਔਰਤਾਂ ਨੂੰ 1000 ਰੁਪਏ ਮੁਫਤ ਦੇ ਲਈ ਥੋੜਾ ਇੰਤਜ਼ਾਰ ਕਰਨਾ ਪਏਗਾ ਯਾਨੀ ਕਿ ਔਰਤਾਂ ਨੂੰ ਹਲੇ ਇਸ ਵਿੱਤੀ ਸਾਲ ਦੇ ਵਿੱਚ ਤਾਂ 1000 ਰੁਪਏ ਮਿਲਦੇ ਦੇਂਦੇ ਨਹੀਂ ਹੈਗੇ ਸੋ ਚੀਵਾ ਨੇ ਦਾਅਵਾ ਕੀਤਾ ਕਿ ਚਾਰ ਗਰੰਟੀਆਂ ਪੂਰੀਆਂ ਹੋ ਚੁੱਕੀਆਂ ਨੇ ਮੁਫਤ ਬਿਜਲੀ ਚੰਗੀ ਸਿਹਤ ਚੰਗੀ ਸਿੱਖਿਆ ਸੇਵਾਵਾਂ ਤੇ ਸ਼ਹੀਦ ਹੋਣ ਵਾਲੀ ਫੌਜੀਆਂ ਦੀਆਂ ਜਿਹੜੀਆਂ ਐਕਸ ਗ੍ਰੇਸ਼ੀਆ ਗਰੰਟਾਂ ਵਧਾਈਆਂ ਗਈਆਂ ਨੇ ਉਹਨਾਂ ਨੂੰ ਗਿਣਵਾਇਆ ਇਹਨਾਂ ਨੇ ਚਾਰ ਗਰੰਟੀਆਂ ਦੇ ਵਿੱਚ ਜੀਵ ਨੇ ਦਾਵਾ ਕੀਤਾ ਕਿ ਸਾਡੀ ਸਰਕਾਰ ਨੇ ਹੁਣ ਤੱਕ ਸਿਰਫ 8000 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਅਸੀਂ ਪੰਜਾਬ ਦਾ ਖਜ਼ਾਨਾ ਸੰਭਾਲਾਂਗੇ ਪਰ ਜੇ ਅੰਕੜਾ ਆਪਾਂ ਦੇਖ ਲਈਏ 8000 ਕਰੋੜ 3 ਮਹੀਨਿਆਂ ਦੇ ਵਿੱਚ ਕਰਜ਼ਾ ਲੈ ਲਿਆ ਗਿਆ ਹੈ ਤੇ ਸਰਕਾਰ ਦੇ ਸਿਰ ਪੰਜਾਬ ਦੇ ਸਿਰ ਖਜ਼ਾਨੇ ਦੇ ਉੱਤੇ ਪੌਣੇ 3 ਲੱਖ ਕਰੋੜ ਕਰਜ਼ੇ ਦਾ ਬੋਝ ਹੈ ਆਸ ਕਰਦੇ ਹਾਂ ਕਿ ਸਰਕਾਰ ਜਿਵੇਂ ਕਹਿੰਦੀ ਹੈ ਕਿ ਅਸੀਂ ਵਧੀਆ ਤਰੀਕੇ ਦੇ ਨਾਲ ਪੰਜਾਬ ਦਾ ਖਜ਼ਾਨਾ ਉਹ ਭਰ ਦਿਆਂਗੇ ਜਿਹੜਾ ਸਾਰਾ ਕਰਜ਼ਾ ਹੈ ਉਹ ਵੀ ਉਤਾਰ ਦਿਆਂਗੇ ਇਹਦੇ ਲਈ ਜ਼ਰੂਰ ਅਰਦਾਸ ਕਰਾਂਗੇ ਆਸ ਕਰਾਂਗੇ ਕਿ ਪੰਜਾਬ ਕਰਜ਼ਾ ਮੁਕਤ ਹੋਏ ਆਪਣੇ ਪੈਰਾਂ 'ਤੇ ਆਪ ਖੜਾ ਹੋਵੇ ਤੇ ਉਸ ਤੋਂ ਬਾਅਦ ਇੱਕ ਖੁਸ਼ਹਾਲ ਸੂਬਾ ਬਣੇ ਬਿਲਕੁਲ ਇੱਕ ਗਰੰਟੀ ਬਚੀ ਆ ਬੜੀ ਜਲਦੀ ਬੜੀ ਜਲਦੀ ਇੱਕ ਮਿੰਟ ਬੜੀ ਜਲਦੀ ਜਦੋਂ ਅਸੀਂ ਸਾਡੀ ਆਰਥਿਕਤਾ ਜਿਹੜੀ ਕਿ ਡਗਮਗਾ ਗਈ ਸੀ ਜਿਹੜੀ ਕਿ ਲੀਹੋਂ ਲੁੱਤ ਗਈ ਸੀ ਤੁਹਾਨੂੰ ਸਭ ਨੂੰ ਪਤਾਗਾ ਉਹਨੂੰ ਅਸੀਂ ਲਈ ਤੇ ਲੈ ਕੇ ਆ ਰਹੇ ਹਾਂ ਜਦੋਂ ਬਿਲਕੁਲ ਇਸ ਗਾਰੰਟੀ ਨੂੰ ਪੂਰਾ ਕਰਾਂਗੇ ਔਰ ਬੜੀ ਜਲਦੀ ਪੂਰਾ ਕਰਾਂਗੇ ਔਰ ਉਹਦੇ ਲਈ ਅਸੀਂ ਆਪਣੇ ਫੰਡ ਦੀ ਕਰ ਰਹੇ ਹਾਂ ਬਿਲਕੁਲ ਇੱਕ ਗਾਰੰਟੀ ਬਚੀ ਆ ਬੜੀ ਜਲਦੀ ਬੜੀ ਜਲਦੀ ਇੱਕ ਮਿੰਟ ਬੜੀ ਜਲਦੀ ਜਦੋਂ ਅਸੀਂ ਸਾਡੀ ਆਰਥਿਕਤਾ ਜਿਹੜੀ ਕਿ ਡਗਮਗਾ ਗਈ ਸੀ ਜਿਹੜੀ ਕਿ ਲੀਹੋਂ ਲੁੱਤ ਗਈ ਸੀ ਤੁਹਾਨੂੰ ਸਭ ਨੂੰ ਪਤਾਗਾ ਉਹਨੂੰ ਅਸੀਂ ਲਈ ਤੇ ਲੈ ਕੇ ਆ ਰਹੇ ਹਾਂ ਜਦੋਂ ਬਿਲਕੁਲ ਇਸ ਗਾਰੰਟੀ ਨੂੰ ਪੂਰਾ ਕਰਾਂਗੇ ਪਰ ਬੜੀ ਜਲਦੀ ਪੂਰਾ ਕਰਾਂਗੇ ਔਰ ਉਹਦੇ ਲਈ ਅਸੀਂ ਆਪਣੇ ਫੰਡ ਦੀ ਕਰ ਰਹੇ ਹਾਂ ਸੁਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਪੇਸ਼ ਕਰ ਦਿੱਤਾ ਹੈ ਹੁਣ ਵਿਧਾਨ ਸਭਾ ਦੇ ਅਗਲੇ ਸੈਸ਼ਨ ਦੇ ਵਿੱਚ ਯਾਨੀ ਕਿ ਸੈਸ਼ਨ ਦੇ ਅਗਲੇ ਦਿਨ ਇਸ ਬਜਟ ਦੇ ਉੱਤੇ ਵਿਚਾਰ ਚਰਚਾ ਹੋਏਗੀ ਵਿਰੋਧੀ ਧਿਰ ਜਿਹੜੀ ਉਹ ਇਸ ਤੇ ਵਿਚਾਰ ਚਰਚਾ ਕਰਨਾ ਚਾਹੁੰਦੀ ਹੈ ਪਰ ਦੇਖੋ ਕਿ ਹੁੰਦੀ ਹੈ ਵਿਚਾਰ ਕਿ ਨਹੀਂ ਹੁੰਦੀ ਕਿਉਂਕਿ ਸਿਰਫ 30 ਜੂਨ ਤੱਕ ਹੀ ਬਜਟ ਸੈਸ਼ਨ ਹੈ ਤੇ 28 ਜੂਨ ਨੂੰ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁਪਹਿਰੇ 2:30 ਵਜੇ ਕੈਬਨਿਟ ਦੀ ਬੈਠਕ ਵੀ ਸੱਦ ਲਈ ਹੈ ਸੋ ਬਜਟ ਜਿਹੜਾ ਪੇਸ਼ ਕੀਤਾ ਗਿਆ ਨੂੰ ਲੈ ਕੇ ਵਿਰੋਧੀਆਂ ਦੇ ਕੀ ਵਿਚਾਰ ਨੇ ਕੀ ਰਿਐਕਸ਼ਨ ਦਿੱਤੇ ਨੇ ਉਹ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਤਾਂ ਸਭ ਤੋਂ ਵੱਡੇ ਰੂਪ ਦੇ ਵਿੱਚ ਵਿਰੋਧੀਆਂ ਨੇ ਘੇਰਿਆ ਹੈ 1000 ਰੁਪਏ ਜਿਹੜੇ ਬੀਬੀਆਂ ਨੂੰ ਮੁਫਤ ਦਿੱਤੇ ਜਾਣੇ ਸੀ ਉਸ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਲੋਕ ਵਿਰੋਧੀ ਬਜਟ ਦੱਸਿਆ ਦਾਵਾ ਕੀਤਾ ਕਿ ਸਰਕਾਰ ਜਨਤਾ ਵਾਸਤੇ ਕੋਈ ਨਵੀਂ ਸਕੀਮ ਨਹੀਂ ਲੈ ਕੇ ਆਈ ਸਗੋ ਇਹ ਸਾਰੇ ਕੰਮ ਪਿਛਲੀਆਂ ਸਰਕਾਰਾਂ ਦੇ ਕੀਤੇ ਹੋਏ ਨੇ ਸਰਕਾਰ ਨੇ ਕਹਿੰਦੇ ਨਵੇਂ ਬਸ ਸੜੀਆਂ ਦੀ ਗੱਲ ਕੀਤੀ ਹੈ ਪਰ ਇਹਨਾਂ ਦੇ ਟੈਂਡਰ ਵੀ ਸਾਡੀ ਸਰਕਾਰ ਵੱਲੇ ਪਾਸ ਹੋਏ ਸੀ 1000 ਰੁਪਏ ਔਰਤਾਂ ਨੂੰ ਦੇਣ ਦਾ ਐਲਾਨ ਕੀਤਾ ਸੀ ਪਰ ਬਜਟ ਦੇ ਵਿੱਚ ਇਸ ਦਾ ਜ਼ਿਕਰ ਤੱਕ ਨਹੀਂ ਹੋਇਆ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਉਹਨਾਂ ਦੀ ਧੀ ਏਕਮ ਵੜਿੰਗ ਵੀ ਪਹੁੰਚੀ ਹੋਈ ਸੀ ਉਸ ਨੇ ਵੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਏਕਮ ਨੇ ਵੀ ਇਹੀ ਰੋਸਾ ਜ਼ਾਹਿਰ ਕੀਤਾ ਕਿ ਉਸ ਨੂੰ ਪੂਰੀ ਆਸ ਸੀ ਕਿ ਔਰਤਾਂ ਨੇ ਜਿਸ ਗੱਲ ਨੂੰ ਲੈ ਕੇ ਸਰਕਾਰ ਨੂੰ ਵੋਟਾਂ ਪਾਈਆਂ ਨੇ ਉਹ ਤਾਂ ਸਰਕਾਰ ਜ਼ਰੂਰ ਪੂਰਾ ਕਰੇਗੀ ਆਪਣੇ ਪਹਿਲੇ ਬਜਟ ਦੇ ਵਿੱਚ ਪਰ ਅਜੇ ਹਾ ਕੁਝ ਨਹੀਂ ਹੋਇਆ ਕਾਂਗਰਸ ਲੀਡਰ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਤੇ ਨਿਰਾਸ਼ਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਬਜਟ ਦੇ ਵਿੱਚ ਕੱਢਣ ਪਾਉਣ ਨੂੰ ਕੁਝ ਵੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜਿਹੜੀਆਂ ਗਰੰਟੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤੀਆਂ ਸੀ ਉਹਨਾਂ ਦਾ ਕਿਤੇ ਜ਼ਿਕਰ ਤੱਕ ਨਹੀਂ ਹੈ। 1000 ਰੁਪਏ ਨੂੰ ਲੈ ਕੇ ਬਾਜਵਾ ਨੇ ਵੀ ਸਰਕਾਰ ਨੂੰ ਘੇਰਿਆ ਹੈ। ਹੁਣ 117 ਨਦੀ ਪੱਟੀ ਕਰਨ ਵਾਸਤੇ, ਟੈਂਚ ਰਾਈਡੀਨ ਲਾਉਣ ਵਾਸਤੇ, ਇੰਜੈਕਸ਼ਨ ਲਾਉਣ ਵਾਸਤੇ ਦਿੱਤੀਆਂ ਇਹ ਵੀ ਨੀਰੀ ਮੂੰਹ ਪੋਚੀ ਇਹ ਗੱਲ ਕਹਿਣ ਨੂੰ ਕਿ ਇਹੀ ਸ਼ੁਰੂ ਕਰਦੇ ਸੋ ਕੁਝ ਇਹਦੇ ਵਿੱਚ ਨਹੀਂ ਕੱਲ ਜੋ ਇਹਨਾਂ ਦਾ ਇਹਨਾਂ ਦਾ ਜਮਰੋਦ ਦਾ ਕਿਹੜਾ ਕੱਲ ਦਾ ਠੱਠਿਆ ਜਿ ਵਿਚਾਰੇ ਐ ਬੈਠੇ ਸੀ ਸਾਰੇ ਜਿਸਨ ਕੋ ਵਿਚਾਰੇ ਕੋਈ ਅਫਸੋਸ ਤੇ ਬੈਠੇ ਹੁੰਦੇ ਤਿੰਨ ਵਾਰ ਸੀਐਮ ਸਾਹਿਬ ਵਿਚਾਰੇ ਪਤਾ ਨਹੀਂ ਬਾਹਰ ਕੀ ਉੱਠ ਕੇ ਕਰਨ ਪਾਣੀ ਪੀਣ ਗਏ ਸੀ ਕਿ ਕੀ ਪੀਣ ਗਏ ਸੀ ਤਿੰਨ ਵਾਰ ਉੱਠ ਕੇ ਗਏ ਫੇਰ ਮੈਂ ਉਹਨਾਂ ਨੂੰ ਹੌਸਲਾ ਦਿੱਤਾ ਕਿ ਬਹਿ ਜੂ ਹਜੇ ਕੋਈ ਗੱਲ ਨਹੀਂ ਆ ਇਹ ਤੇ ਤਿੰਨ ਮਹੀਨੇ ਹੀ ਗੁਜ਼ਰੇ ਨੇ ਅਜੇ ਕਈ ਕੁਝ ਹੋਣਾ ਤੁਹਾਡੇ ਨਾਲ ਸੁਖਪਾਲ ਸਿੰਘ ਖਹਿਰਾ ਨੇ ਵੀ ਟਵੀਟ ਕੀਤੇ ਨੇ ਖਹਿਰਾ ਕਹਿੰਦੇ ਮੈਂ ਹੈਰਾਨ ਆ ਕਿ ਕਿਉਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁਫਤ ਆਟਾ ਡਿਲੀਵਰੀ ਤੇ 497 ਰੁਪਏ 497 ਕਰੋੜ ਰੁਪਏ ਖਰਚ ਕਰ ਰਹੇ ਨੇ ਜਦ ਕਿ ਲੋਕਾਂ ਨੇ ਇਹ ਕੁਛ ਮੰਗਿਆ ਹੀ ਨਹੀਂ ਹੈ ਖੇਰਾ ਕਹਿੰਦੇ ਕਿ ਸਰਕਾਰ ਨੂੰ ਲੋਕਾਂ ਨੂੰ ਆਟੇ ਦੀ ਬਜਾਏ ਕਣਕ ਦੇਣੀ ਚਾਹੀਦੀ ਹੈ ਕਿਉਂਕਿ ਆਟਾ ਤਾਂ ਬਹੁਤੀ ਦੇਰ ਤੱਕ ਸਟੋਰੀ ਨਹੀਂ ਕੀਤਾ ਜਾ ਸਕਦਾ ਕਣਕ ਨੂੰ ਜਿੰਨਾ ਸਮਾਂ ਚਾਹੋ ਤੁਸੀਂ ਸਟੋਰ ਕਰ ਸਕਦੇ ਹੋ ਉਹਨੂੰ ਸਟੋਰ ਕਰਨ ਦੇ ਬਹੁਤ ਤਰੀਕੇ ਵੀ ਨੇ ਕਹਿੰਦੇ ਉਹ ਵੀ ਉਦੋਂ ਇਹ ਸਰਕਾਰ ਅਜਿਹੀਆਂ ਗੱਲਾਂ ਕਰ ਰਹੀ ਹੈ ਜਦੋਂ ਅਸੀਂ ਪੌਣੇ 3 ਲੱਖ ਕਰੋੜ ਦੇ ਵੱਡੇ ਘਾਟੇ ਦੇ ਵਿੱਚ ਚੱਲ ਰਹੇ ਹਾਂ ਕਰਜ਼ੇ ਦੇ ਹੇਠ ਦਬੇ ਹੋਏ ਹਾਂ ਕਹਿੰਦੇ ਮੈਨੂੰ ਇਸ ਸਕੀਮ ਦੇ ਵਿੱਚ ਭ੍ਰਿਸ਼ਟਾਚਾਰ ਦੀ ਬੋ ਆ ਰਹੀ ਹੈ ਬਜਟ ਡਾਕੂਮੈਂਟ ਵਿੱਚ ਜਿਹੜੀ ਕੇਜਰੀਵਾਲ ਸਾਹਿਬ ਨੇ 1000 ਰੁਪਿਆ ਪ੍ਰਤੀ ਮਹੀਨਾ ਔਰਤਾਂ ਨੂੰ ਦੇਣਾ ਸੀਗਾ ਇਹਦਾ ਕੋਈ ਜ਼ਿਕਰ ਨਹੀਂਗਾ ਇਹਦੇ ਵਾਸਤੇ ਕੋਈ ਪੈਸਾ ਰੱਖਵਾ ਬਜਟ ਦੇ ਵਿੱਚ ਨਹੀਂ ਰੱਖਿਆ ਗਿਆ ਦੂਸਰੀ ਉਹਨਾਂ ਦੀ ਮੇજર ਗਾਰੰਟੀ ਸੀਗੀ ਜਿਹੜੀ ਕਿ ਅਸੀਂ 300 ਯੂਨਿਟ ਫ੍ਰੀ ਦੇਾਂਗੇ ਬਿਜਲੀ ਦੀ ਉਹਦੇ ਵਿੱਚ ਜ਼ਿਕਰ ਹੈਗਾ ਲੇਕਿਨ ਬਜਟਰੀ ਅਲੋਕੇਸ਼ਨ ਅਲੋਕੇਸ਼ਨ ਹੁੰਦਾ ਕਿ ਪੈਸੇ ਉਹਦੇ ਵਾਸਤੇ ਰੱਖੇ ਨੇ ਕਿ ਅਸੀਂ 1 ਸਾਲ ਵਿੱਚ 500 ਜਾਂ 700 ਕਰੋੜ ਰੁਪਿਆ ਇਹਦਾ ਕੰਮ ਵਾਸਤੇ ਖਰਚਾਂਗੇ ਉਹਦੇ ਸਿਰਫ ਜ਼ਿਕਰ ਕੀਤਾ ਕਿ ਅਸੀਂ ਖਰਚੇ ਘਟਾਵਾਂਗੇ ਤੇ ਜਿਹੜੀ ਟੈਕਸ ਦੀ ਤੇ ਰੈਵਨਿਊ ਲਾਸਸ ਹੁੰਦੇ ਨੇ ਚੋਰੀ ਹੁੰਦੀ ਆ ਉਸ ਨੂੰ ਅਸੀਂ ਬੰਦ ਕਰਾਂਗੇ ਤੇ ਅਸੀਂ ਬਿਜਲੀ ਗਰੀਬਾਂ ਨੂੰ 300 ਯੂਨਿਟ ਫਰੀ ਦੇਵਾਂਗੇ ਤੀਸਰੀ ਗੱਲ ਜਿਹੜੀ ਚੀਜ਼ ਪੰਜਾਬ ਦੇ ਲੋਕਾਂ ਨੇ ਮੰਗੀ ਹੀ ਨਹੀਂ ਮਤਲਬ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਸਰਕਾਰ ਕੋਲੋਂ ਕਿ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਸਾਨੂੰ ਸਪੋਰਟਸ ਦੇ ਵਾਸਤੇ ਪਿੰਡਾਂ ਦੇ ਵਿੱਚ ਪਲੇਗਰਾਉਂਡਸ ਦਿੱਤੇ ਜਾਣ ਜਿਹੜੀਆਂ ਗੱਲਾਂ ਮੰਗਾ ਉੱਠ ਰਹੀਆਂ ਅੰਦਰ ਸਾਡੇ ਸਕੂਲਸ ਅੱਛੇ ਬਣਾਏ ਜਾਣ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਨੇ ਵੀ ਸਰਕਾਰ ਦੇ ਵੱਲੋਂ 1000 ਰੁਪਏ ਵਾਲੀ ਸਕੀਮ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਉਹਨਾਂ ਕਿਹਾ ਕਿ ਪੂਰੇ ਪੰਜਾਬ ਦੀਆਂ ਔਰਤਾਂ ਨੂੰ ਉਮੀਦ ਸੀ ਕਿ ਸਰਕਾਰ ਉਹਨਾਂ ਦੇ ਲਈ ਕੁਝ ਕਰੇਗੀ, ਕਮ ਸੇ ਕਮ ਇਹ اعلان ਤਾਂ ਕਰੇਗੀ ਪਰ ਬੀਬੀਆਂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ। ਕਿਸਾਨਾਂ ਦੇ ਵਪਾਰੀਆਂ ਦੇ ਲਈ ਵੀ ਇਸ ਬਜਟ ਵਿੱਚ ਕਹਿੰਦੇ ਕੁਝ ਵੀ ਖਾਸ ਨਹੀਂ ਹੈ ਸਰਕਾਰ ਨੇ ਸਾਰਿਆਂ ਨੂੰ ਨਿਰਾਸ਼ ਕੀਤਾ ਹੈ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਨੇ ਵੀ 1000 ਰੁਪਏ ਵਾਲੀ ਸਕੀਮ ਨੂੰ ਕੋਈ ਤਵੱਜੂ ਨਾ ਦੇਣ ਨੂੰ ਔਰਤਾਂ ਦੇ ਨਾਲ ਸਰਕਾਰ ਦਾ ਧੋਖਾ ਕਰਾਰ ਦਿੰਦਾ ਹੈ ਉਹ ਕਹਿੰਦੇ ਕਿ ਪੰਜਾਬ ਦੀਆਂ ਔਰਤਾਂ ਨੇ ਸਰਕਾਰ ਨੂੰ ਇਸੇ ਸਕੀਮ ਦੇ ਆਧਾਰ ਤੇ ਵੋਟਾਂ ਪਾਈਆਂ ਸੀ ਤੇ ਸਰਕਾਰ ਨੇ ਔਰਤਾਂ ਨੂੰ ਧੋਖਾ ਦਿੱਤਾ ਹੈ ਸਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀਆਂ ਨੂੰ ਜਵਾਬ ਵੀ ਦਿੱਤਾ ਇੱਕ ਨਿੱਜੀ ਚੈਨਲ ਤੇ ਗੱਲਬਾਤ ਕਰਦੇ ਹੋਏ ਚੀਮਾ ਨੇ ਕਿਹਾ ਕਿ ਹਰੇਕ ਯੋਜਨਾ ਨੂੰ ਲਾਗੂ ਕਰਨ ਤੇ ਸਮਾਂ ਲੱਗਦਾ ਹੈ ਔਰਤਾ ਨਾਲ ਸਰਕਾਰ ਵੱਲੋਂ ਕੀਤਾ ਗਿਆ ਵਾਅਦਾ ਵੀ ਜਲਦੀ ਪੂਰਾ ਹੋਏਗਾ ਵਿਰੋਧੀ ਧਿਰ ਤੇ ਨਿਸ਼ਾਨਾ ਲਾਉਂਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਉਹ ਸਿੱਖਿਆ ਤੇ ਸਿਹਤ ਦੇ ਬਜਟ ਨੂੰ ਸਮਝ ਹੀ ਨਹੀਂ ਸਕੇ ਬਿਨਾ ਪੜੇ ਹੀ ਬਜਟ ਦਾ ਵਿਰੋਧ ਕਰਨ ਲੱਗੇ ਹੋਏ ਨੇ ਕਹਿੰਦੇ ਸਾਡੀ ਸਰਕਾਰ ਪੰਜ ਵਿੱਚੋਂ ਚਾਰ ਗਰੰਟੀਆਂ ਪੂਰੀਆਂ ਕਰ ਚੁੱਕੀ ਹੈ ਪੰਜਵੀਂ ਗਰੰਟੀ ਵੀ ਛੇਤੀ ਪੂਰੀ ਕਰੇਗੀ। ਜਲਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਜਟ ਦੀ ਸਰਾਹਣਾ ਕਰਦਿਆਂ ਇਸ ਨੂੰ ਇਤਿਹਾਸਿਕ ਬਜਟ ਦੱਸਿਆ ਹੈ ਕਹਿੰਦੇ ਪੰਜਾਬ ਦੇ ਸਿੱਖਿਆ, ਸਿਹਤ, ਖੇਤੀ ਦੇ ਵਪਾਰਿਕ ਖੇਤਰ ਦੇ ਵਿੱਚ ਕ੍ਰਾਂਤੀ ਦੇ ਟੀਚੇ ਨਾਲ ਬਣਿਆ ਇਹ ਲੋਕਾਂ ਦਾ ਆਪਣਾ ਬਜਟ ਹੈ। ਸਾਡੀ ਸਰਕਾਰ ਗਰੰਟੀਆਂ ਵੀ ਸਾਰੀਆਂ ਪੂਰੀਆਂ ਕਰਨ ਜਾ ਰਹੀ ਹੈ ਤੇ ਪੰਜਾਬ ਦੇ ਆਰਥਿਕ ਹਾਲਾਤਾਂ ਦੇ ਵਿੱਚ ਵੀ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ ਇਸ ਬਜਟ ਤੋਂ ਬਾਅਦ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅ ਕੇਜਰੀਵਾਲ ਨੇ ਵੀ ਆਪਣੀ ਸਰਕਾਰ ਦੀ ਪਿੱਠ ਥਾਪੜੀ ਹੈ ਕਹਿੰਦੇ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਕੇ ਖਾਲੀ ਕਰ ਦਿੱਤਾ ਸੀ ਜਦ ਕਿ ਆਵਾਮਦਨੀ ਪਾਰਟੀ ਦੀ ਸਰਕਾਰ ਇਸ ਨੂੰ ਭਰੇਗੀ ਆਪ ਦੀ ਇਮਾਨਦਾਰ ਸਰਕਾਰ ਨੇ ਆਉਂਦਿਆਂ ਹੀ ਕਈ ਮਾਫੀਆ ਖਤਮ ਕਰ ਦਿੱਤੇ ਨੇ ਭਗਵੰਤ ਸਿੰਘ ਮਾਨ ਦਾ ਬਜਟ ਪੰਜਾਬ ਨੂੰ ਸੁਨਹਿਰੀ ਭਵਿੱਖ ਵੱਲ ਲੈ ਕੇ ਜਾਵੇਗਾ ਕੇਜੀਵਾਲ ਨੇ ਕਿਹਾ ਕਿ ਬਿਜਲੀ ਸੇਤ ਸਿੱਖਿਆ ਰੋਜ਼ਗਾਰ ਨੂੰ ਲੈ ਕੇ ਜੋ ਉਹਨਾਂ ਨੇ ਗਰੰਟੀਆਂ ਦਿੱਤੀਆਂ ਸਨ ਉਹਨਾਂ ਤੇ ਕੰਮ ਸ਼ੁਰੂ ਹੋ ਗਿਆ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸੋਧਿਆ ਨੇ ਵੀ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਤੇ ਖੁਸ਼ੀ ਜ਼ਾਹਰ ਕੀਤੀ ਹੈ ਤੇ ਉਹਨਾਂ ਨੇ ਇਸ ਨੂੰ ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਬਜਟ ਦੱਸਿਆ ਹੈ। ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਿਹੜਾ ਪੰਜਾਬ ਯੂਨੀਵਰਸਿਟੀ ਪਟਿਆਲਾ ਨੂੰ ਵਿੱਤੀ ਸੰਕਟ ਵਿੱਚੋਂ ਕੱਢਣ ਲਈ 200 ਕਰੋੜ ਰੁਪਏ ਦਾ ਐਲਾਨ ਕੀਤਾ ਹੈ ਇਸ ਤੇ ਸਟੂਡੈਂਟ ਯੂਨੀਅਨ ਲਲਕਾਰ ਨੇ ਨਾਕੁਸ਼ੀ ਜ਼ਾਹਿਰ ਕਰਦਿਆਂ ਇਸ ਮਦਦ ਨੂੰ ਨਿਗੂਣੀ ਮਦਦ ਦੱਸਿਆ ਹੈ ਪੰਜਾਬੀ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਨੇ ਕਹਿੰਦੇ ਹਰੇਕ ਮਹੀਨੇ 9 ਕਰੋੜ ਦੀ ਗ੍ਰਾਂਟ ਦੇਣੀ ਹੁੰਦੀ ਹੈ ਜਿਹੜੀ ਕਿ 108 ਕਰੋੜ ਸਾਲਾਨਾ ਬਣਦੀ ਹੈ ਇਸ ਦੇ 12 ਕਾਲਜਾਂ ਦੇ ਲਈ ਪ੍ਰਤੀ ਕਾਲਜ 150 ਕਰੋੜ ਦੇ ਹਿਸਾਬ ਨਾਲ 18 ਕਰੋੜ ਹੋਰ ਦੇਣੇ ਹੁੰਦੇ ਨੇ ਮਤਲਬ ਕਿ ਕੁੱਲ 126 ਕਰੋੜ ਤਾਂ ਸਰਕਾਰ ਨੇ ਹਰੇਕ ਸਾਲ ਦੇਣਾ ਹੀ ਹੁੰਦਾ ਹੈ ਤੇ ਉਹ ਵੀ ਪੂਰਾ ਨਹੀਂ ਦਿੱਤਾ ਜਾਂਦਾ ਤੇ ਹੁਣ 200 ਕਰੋੜ ਦੇ ਕੇ ਸਰਕਾਰ ਐਡਾ ਦਮਗਜਾ ਕਿਉਂ ਮਾਰ ਰਹੀ ਹੈ ਕਿਉਂਕਿ 126 ਤੋਂ ਸਿਰਫ ਜਿਹੜਾ 74 ਕਰੋੜ ਹੀ ਵੱਧ ਦਿੱਤਾ ਹੈ ਸਰਕਾਰ ਨੇ ਤੇ ਨਾਲੇ ਸਰਕਾਰ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਸਰਕਾਰ ਵੱਲੋਂ ਗ੍ਰਾਂਟ ਨਾ ਵਧਣ ਦੀ ਮਜਬੂਰੀ ਕਾਰਨ 150 ਕਰੋੜ ਦਾ ਕਰਜ਼ਾ ਵੀ ਮਾਫ਼ ਕੀਤਾ ਜਾਵੇ ਪਰ ਵਿੱਤ ਮੰਤਰੀ ਨੇ ਅਜੇ ਹਾਂ ਤੱਕ ਕੁਝ ਵੀ ਕਹਿੰਦੇ ਬਜਟ ਦੇ ਵਿੱਚ ਨਹੀਂ ਬੋਲਿਆ ਕਰਜ਼ੇ ਨੂੰ ਮਾਫ ਕਰਨ ਨੂੰ ਲੈ ਕੇ ਤਾਂ ਇੱਕ ਵੀ ਸ਼ਬਦ ਨਹੀਂ ਬੋਲਿਆ ਕਿਸਾਨਾਂ ਦੇ ਰਿਐਕਸ਼ਨ ਵੀ ਆਉਣੇ ਸ਼ੁਰੂ ਹੋ ਗਏ ਨੇ ਕਿਸਾਨ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਨੇ ਇਸ ਬਜਟ ਨੂੰ ਨਿਰਾਸ਼ਾ ਭਰਪੂਰ ਤੇ ਕਿਸਾਨੀ ਲਈ ਮਾਰੂ ਬਜਟ ਦੱਸਿਆ ਹੈ ਕਿਸਾਨ ਲੀਡਰਾਂ ਨੇ ਨਿਰਾਸ਼ਾ ਜ਼ਾਹਿਰ ਕਰਦੇ ਆ ਕਿ ਹੈ ਕਿ ਕਿਸਾਨਾਂ ਦੇ ਸਿਰ ਚੜੇ ਕਰਜ਼ੇ ਬਾਰੇ ਤਾਂ ਸਰਕਾਰ ਕੁਝ ਵੀ ਨਹੀਂ ਬੋਲੀ ਫਸਲੀ ਵਖਰੇਵੇਂ ਤੇ ਬਦਲਵੀਆਂ ਫਸਲਾਂ ਦਾ ਪ੍ਰਚਾਰ ਕਰਨ ਵਾਲੀ ਸਰਕਾਰ ਇਹਨਾਂ ਦੀ ਖਰੀਦ ਸੰਬੰਧੀ ਬਿਲਕੁਲ ਚੁੱਪ ਹੈ ਸਰਕਾਰ ਦੀ ਧਰਤੀ ਹੇਠਲੇ ਪਾਣੀ ਨੂੰ ਖਤਮ ਹੋਣ ਤੋਂ ਬਚਾਉਣ ਤੇ ਫੈਕਟਰੀਆਂ ਵੱਲੋਂ ਪਾਣੀ ਨੂੰ ਪ੍ਰਦੂਸ਼ਿਤ ਕਰਨ ਤੋਂ ਰੋਕਣ ਲਈ ਕੋਈ ਵੀ ਖਾਸ ਕਾਰਵਾਈ ਨਹੀਂ ਕੀਤੀ ਜਾ ਰਹੀ ਜਾਂ ਸਰਕਾਰ ਨੇ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਬੜੇ ਦਾਅਵੇ ਕੀਤੇ ਕਿ ਪੰਜਾਬ ਦੀ ਧਰਤੀ ਹਟਲਾ ਪਾਣੀ ਬਚਾਉਣਾ ਫਸਲੀ ਵਿਭਿੰਨਤਾ ਲੈ ਕੇ ਆਉਣੀ ਆ ਬਾਸਮਤੀ ਬੀਜੋ ਮੱਕੀ ਬੀਜੋ ਪਰ ਪੰਜਾਬ ਸਰਕਾਰ ਨੇ ਆਪਣੇ ਬਜਟ ਦੇ ਵਿੱਚ ਬਾਸਮਤੀ ਦੀ ਖਰੀਦ ਵਾਸਤੇ ਇੱਕ ਸ਼ਬਦ ਵੀ ਜ਼ਿਕਰ ਨਹੀਂ ਕੀਤਾ ਔਰ ਇੱਕ ਵੀ ਥੇਲਾ ਜਿਹੜੀ ਰਕਮ ਨਹੀਂ ਰੱਖੀ ਗਈ ਜਿਸ ਤੋਂ ਸਾਫ਼ ਆ ਕੇ ਸਰਕਾਰ ਫਸਲੀ ਵਿਭਿੰਨਤਾਲੇ ਪਾਸੇ ਨਹੀਂ ਵਧਣਾ ਚਾਹੁੰਦੀ ਔਰ ਉਹਨੇ ਝੋਨੇ ਦੀ ਸਿੱਧੀ ਬਿਜਾਈ ਨੂੰ ਆਪਣੀ ਪ੍ਰਾਪਤੀ ਦੇ ਰੂਪ ਚ ਪੇਸ਼ ਕੀਤਾ ਹੈਗਾ ਸੋ ਬਜਟ ਸੈਸ਼ਨ ਦੇ ਵਿੱਚ ਜਦੋਂ ਬਜਟ ਪਾਸ ਕੀਤਾ ਗਿਆ ਹੈ ਬਜਟ ਦੇ ਵਿੱਚ ਕੀ ਕੁਝ ਦੱਸਿਆ ਗਿਆ ਹੈ ਕੀ ਪੇਸ਼ ਕੀਤਾ ਗਿਆ ਤੁਹਾਡੇ ਸਭ ਦੇ ਲਈ ਕੀ ਐਲਾਨ ਕੀਤੇ ਗਏ ਨੇ ਉਸਤੇ ਵਿਰੋਧੀਆਂ ਨੇ ਕੀ ਰਿਐਕਟ ਕੀਤਾ ਹੈ ਉਹ ਸਾਰੀ ਜਿਹੜੀ ਅਪਡੇਟ ਹੈ ਅਸੀਂ ਤੁਹਾਨੂੰ ਦੱਸ ਦਿੰਦੀ ਹੈ ਤੇ ਹੁਣ ਆਉਂਦੇ ਦਿਨਾਂ ਦੇ ਵਿੱਚ ਹੁਣ ਸਾਡੀ ਜ਼ਿੰਮੇਵਾਰੀ ਹੋਏਗੀ ਕਿ ਇਸ ਬਜਟ ਦੀ ਸਟੱਡੀ ਕਰੀਏ ਇਸ ਦੇ ਅੰਕੜੇ ਅਸਲ ਦੇ ਵਿੱਚ ਕੀ ਕਹਿੰਦੇ ਨੇ ਕੀ ਕਿਤੇ ਕੋਈ ਕੁੰਡੀਆਂ ਤਾਂ ਨਹੀਂ ਸਰਕਾਰ ਨੇ ਪਾਈਆਂ ਜਾਂ ਫਿਰ ਵਿਰੋਧੀ ਮੈਂ ਤਾਂ ਨਹੀਂ ਰੋੜਾ ਪਾਰ ਰਹੀ ਉਹ ਸਾਰੇ ਜਿਹੜੇ ਪੱਖ ਨੇ ਉਹਨਾਂ ਤੇ ਵਿਚਾਰ ਕਰਾਂਗੇ ਕਿਉਂਕਿ ਬਜਟ ਨੂੰ ਪੜਨ ਦੇ ਲਈ ਵੀ ਸਮੇਂ ਦੀ ਲੋੜ ਹੁੰਦੀ ਹੈ